ਤੁਸੀਂ ਵੇਖ ਰਹੇ ਹੋ ਸਕਾਈਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ। ਮੋਗਾ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ, ਇੱਕ ਕਾਰ ਦੇ ਅੰਦਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਦੱਸ ਦਈਏ ਕਿ ਜਿਹੜੇ ਲੋਕ ਕਾਰ ਦੇ ਵਿੱਚ ਬੈਠੇ ਸਨ ਉਹਨਾਂ ਨੇ ਹੀ ਕਾਰ ਚਾਲਕ ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਅਤੇ ਇਸ ਹਮਲੇ ਦੇ ਵਿੱਚ ਕਾਰ ਚਾਲਕ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸਿਆ ਜਾ ਰਿਹਾ ਕਿ ਇਸ ਕਾਰ ਨੂੰ ਵਿਆਹ ਦੇ ਲਈ ਬੁੱਕ ਕੀਤਾ ਗਿਆ ਸੀ ਅਤੇ ਜਿਨ੍ਹਾਂ ਨੌਜਵਾਨਾਂ ਨੇ ਇਸ ਕਾਰ ਨੂੰ ਬੁੱਕ ਕੀਤਾ ਸੀ ਉਹਨਾਂ ਨੇ ਹੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਪੂਰੇ ਮਾਮਲੇ ਦੇ ਵਿੱਚ ਹੁਣ ਮੋਗਾ ਪੁਲਿਸ ਅਤੇ ਜ਼ਖਮੀ ਹੋਏ ਕਾਰ ਚਾਲਕ ਦੇ ਪਰਿਵਾਰਕ ਮੈਂਬਰ ਦਾ ਬਿਆਨ ਸਾਹਮਣੇ ਆਇਆ ਕਿ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਦੋਸਤ ਸੀ ਆਪਣਾ ਤਾਂ ਫੋਨ ਆਏ ਮੇਰੇ, ਕਹਿੰਦੇ ਗੋਲੀ ਲੱਗ ਗਈ ਜੀ, ਮੈਂ ਜਲਦੀ ਆ ਜਾਓ ਕਹਿੰਦਾ ਸਿੰਘਾਂ ਵਾਲੇ ਕੋਲ ਜੀ। ਅੱਛਾ ਜੀ, ਤੇ ਸਿੰਘਾਂ ਵਾਲੇ ਗੋਲੀ ਲੱਗੀ? ਸਿੰਘਾਂ ਵਾਲੇ ਦੇ ਕੋਲ ਲੱਗੀ ਆ, ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਕੀ ਕਰਦੇ ਹੋ? ਇਹ ਗੱਡੀ ਚਲਾਉਂਦੇ ਜੀ, ਇਹ ਕੋਈ ਬਰਾਤ ਦੀ ਗੱਡੀ ਬੁੱਕ ਸੀ ਅੱਜ ਜੀ। ਅੱਛਾ ਜੀ, ਸਿੰਘਾਂ ਵਾਲੇ ਜਾ ਰਹੇ ਸੀ? ਹਾਂਜੀ ਹਾਂਜੀ, ਮੋਗੇ ਤੋਂ ਸਿੰਘਾਂ ਵਾਲੇ ਪਾਸੇ ਨੂੰ ਜਾ ਰਹੇ ਸਿੰਘ। ਹਾਂਜੀ ਹਾਂਜੀ। ਅੱਛਾ ਜੀ, ਉਦੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ। ਅੱਛਾ ਜੀ, ਤੇ ਅਸੀਂ ਪਾਵਰ ਪਲੇਟ ਕੋਲ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਵੀ ਇੱਦਾਂ ਕਹਿੰਦੇ ਦੋ ਕਹਿੰਦੇ ਡਾਕਟਰ ਸਾਹਿਬ ਲੱਗੀ ਆ, ਇੱਕ ਤਾਂ ਇੱਥੇ ਕਹਿੰਦੇ, ਇੱਕ ਨਹੀਂ ਆਪਾਂ ਨੂੰ ਪਤਾ ਕਿੱਥੇ ਲੱਗੀ ਆ। ਤੇ ਹਾਲਤ ਕਿੱਦਾਂ ਦੀ ਉਹਨਾਂ? ਹਾਲਤ ਉਹ ਤਾਂ ਕਹਿੰਦੇ ਠੀਕ ਹੈ ਜੀ, ਬਾਕੀ ਹੁਣ DMC ਕਹਿੰਦੇ ਰੈਫਰ ਕਰਤਾ। ਹਾਂਜੀ ਹਾਂਜੀ ਹਾਂਜੀ, ਹੁਣੇ ਹੁਣੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫਾਇਰ ਬ੍ਰਿਗੇਡ ਦਾ ਕਰਮਚਾਰੀ ਹੈ, ਤਾਂ ਉਹ ਸਿੰਘਾਂ ਵਾਲੀ ਸਾਈਡ ਜਾ ਰਿਹਾ ਡਿਊਟੀ ਆਫ ਦੀ ਆਫ ਕਰਕੇ, ਉਹ ਰਸਤੇ 'ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫਾਇਰ ਲੱਗਿਆ ਹੁੰਦਾ, ਉਹਦਾ ਨਾਮ ਨਵਦੀਪ ਸਿੰਘ ਸਣੋ ਮਨਜੀਤ ਸਿੰਘ ਪੁਰਾਣਾ ਮੋਗਾ, ਅਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ। ਫਾਇਰ ਇਹ ਤਾਂ ਡਾਕਟਰ ਸਾਹਿਬ ਦੱਸਣਗੇ ਕਿੰਨੇ ਆ ਜੀ, ਵੈਸੇ ਸੀਰੀਅਸ ਉਹਨੂੰ ਰੈਫਰ ਕਰਦਾ ਡਾਕਟਰ ਸਾਹਿਬ ਨੇ। ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜ ਤੋਂ ਵੱਲੋਂ? ਹਾਂ, ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ, ਅਤੇ ਵੀ ਆਪਾਂ ਬਰਾਤ ਜਾਣਾ, ਅਸੀਂ ਕਹਿੰਦਾ ਉੱਧਰੋਂ ਗੱਡੀ 3 ਨੰਬਰ ਚੁੰਗੀ ਦੀ ਸਾਈਡ ਕੋਲੋਂ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਏ ਸੀ। ਜਦੋਂ ਅਸੀਂ ਚੱਲੇ ਅਤੇ ਅੱਗੇ ਜਾ ਕੇ ਸਿੰਘਾਂ ਵਾਲੇ ਉਰਲੇ ਪਾਸੇ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰੇ। ਸਰ, ਜਿਸ ਨੇ ਗੋਲੀ ਵੱਜੀ ਕੰਮ ਕੀ ਕਰਦਾ ਉਹ? ਕੰਮ ਡਰਾਈਵਰੀ ਕਰਦਾ। ਸਰ, ਇਹ ਕੁਛ ਪਤਾ ਲੱਗਾ ਕਿ ਇਹ ਗੱਡੀ ਬੁੱਕ ਕਰਕੇ ਕਿੱਥੋਂ ਅਤੇ ਕਿੱਧਰ ਨੂੰ ਜਾ ਰਹੀ ਸੀ? ਹਜੇ ਨਹੀਂ ਪਤਾ, ਇਹਨਾਂ ਨੇ ਦੱਸਿਆ। ਇੰਨਾ ਪਤਾ ਲੱਗਾ ਸਰ, ਇਹ ਬੁੱਕ ਕਿਹਨਾਂ ਨੇ ਕਰਾਈ ਸੀ? ਇਹ ਨਹੀਂ ਪਤਾ ਲੱਗਾ। ਸੋ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਅਪਰਾਧ ਵੱਧ ਰਹੇ ਨੇ, ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ, ਪਰ ਇਹ ਵੱਖਰਾ ਮਾਮਲਾ ਸਾਹਮਣੇ ਆਇਆ ਸੀਗਾ ਕਿਉਂਕਿ ਪਹਿਲਾਂ ਇੱਕ ਕਾਰ ਨੂੰ ਵਿਆਹ ਦੇ ਲਈ ਬੁੱਕ ਕੀਤਾ ਗਿਆ ਅਤੇ ਫਿਰ ਉਸੇ ਕਾਰ ਨੂੰ ਬੁੱਕ ਕਰਾਉਣ ਵਾਲਿਆਂ ਨੇ ਕਾਰ ਚਾਲਕ 'ਤੇ ਗੋਲੀਆਂ ਚਲਾ ਦਿੱਤੀਆਂ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਆਖਿਰਕਾਰ ਕਦੋਂ ਤੱਕ ਕਾਰ ਦੇ ਵਿੱਚ ਬੈਠ ਕੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀ ਹੈ। ਸੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।